ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਚੜ੍ਹਦੀ ਕਲਾ 'ਚ ਹੋਗੇ ਤੰਦਰੁਸਤ ਹੋਗੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੋਗੇ ਕੈਨੇਡਾ ਦੀਆਂ ਕੁਝ ਪ੍ਰੋਫਾਈਲਸ ਡਿਸਕਸ ਕਰਦਾ ਕਿ ਵੀ ਸਟੂਡੈਂਟ ਜਿਹੜੇ ਕਿ ਆਪਣੀ ਐਪਲੀਕੇਸ਼ਨਸ ਰਿਜੈਕਟ ਕਰਾ ਕੇ ਦੁਬਾਰਾ ਆਏ ਕਿਉਂਕਿ ਜੀ ਅਸੀਂ ਤੁਹਾਡੇ ਕੋਲੋਂ ਅਪਲਾਈ ਕਰਨਾ ਚਾਹੁੰਦੇ ਹਾਂ ਇੱਕ ਪ੍ਰੋਫਾਈਲ ਡਿਸਕਸ ਕਰਦਾ ਜੀ 12ਵੀਂ ਕੀਤੀ ਹੋਈ ਹੈ ਆਰਟਸ 2018 ਪਾਸ ਆਊਟ ਹੈ ਪੀਟੀ ਦੇ ਵਿੱਚ 52 ਨੰਬਰ ਹੈ ਇੱਕ ਮੋਡਿਊਲ 44 ਨੰਬਰ ਹੈ ਤਿੰਨ ਵਾਰੀ ਕੈਨੇਡਾ ਤੋਂ ਐਪਲੀਕੇਸ਼ਨ ਰਿਜੈਕਟ ਹੋ ਗਈ ਹੁਣ ਦੁਬਾਰਾ ਆਇਆ ਭਾਅ ਜੀ ਮੇਰੇ ਦੇਖੋ ਪੀਟੀ ਦੇ ਵਿੱਚ ਵੀ ਬੈਂਡ ਕਿੰਨੇ ਸੋਹਣੇ ਆ ਮੈਂ ਕਿਹਾ ਹਾਂਜੀ ਹਾਂਜੀ ਹੀਰੇ ਮੋਤੀ ਜਿਹੜੇ ਹੋਏ ਜੀ ਬਹੁਤ ਸੋਹਣੇ ਆ ਅਤੇ ਕੀ ਮੇਰਾ ਕੈਨੇਡਾ ਅਪਲਾਈ ਨਹੀਂ ਹੋ ਸਕਦਾ ਮੈਂ ਦੁਬਾਰਾ ਲਾਉਣਾ ਚਾਹੁੰਦਾ ਭਾਅ ਜੀ ਤੁਹਾਡੇ ਕੋਲੋਂ ਅਪਲਾਈ ਕਰਨਾ ਭਾਅ ਜੀ ਜਿਹੜੀ ਤੁਸੀਂ ਪਹਿਲੇ ਐਪਲੀਕੇਸ਼ਨ ਰਿਜੈਕਟ ਕਰਾਈਆਂ ਕਿਉਂ ਕਰਾਈਆਂ ਇੱਕ ਵਾਰੀ ਟੂਰਿਸਟ 'ਤੇ ਐਪਲੀਕੇਸ਼ਨ ਰਿਜੈਕਟ ਕਰਾਈ ਹੈ ਦੋ ਵਾਰੀ ਸਟੂਡੈਂਟ 'ਤੇ ਐਪਲੀਕੇਸ਼ਨ ਰਿਜੈਕਟ ਕਰਾਈ ਹੈ ਹੁਣ ਇਹ ਭਾਈ ਸਾਹਿਬ ਆਏ ਹੈ ਕਿ ਜੀ ਸਾਡਾ ਵਰਕ ਪਰਮਿਟ ਦੇ ਉੱਤੇ ਜਾਂ ਸਟੂਡੈਂਟ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਐਪਲੀਕੇਸ਼ਨ ਲਾ ਦਿਉ ਆਈ ਸੈਡ ਕਿ ਜੇਕਰ ਤੁਹਾਡਾ ਹੁਣ ਇਹਦਾ ਤੁਸੀਂ ਡਿਸਾਈਡ ਕਰ ਲਓ ਕਿ ਇਹਦਾ ਵੀਜ਼ਾ ਲੱਗੇਗਾ ਕਿ ਨਹੀਂ ਲੱਗੇਗਾ ਕਿਉਂਕਿ ਕਿੰਨੇ ਹੀ ਆਪਣੇ ਐਪੀਸੋਡ 'ਚ ਕਹਿ ਰਿਹਾ ਕਿ IELTS 6 ਬੈਂਡ ਈ 'ਚ ਚਾਹੀਦਾ ਹੁਣ 12ਵੀਂ ਆਰਟਸ ਕੀਤੀ ਹੈ 2018 ਇੰਟੈਂਸ਼ਨ ਦੇ ਉੱਤੇ ਗੱਲ ਆ ਜਾਂਦੀ ਹੈ ਪਹਿਲਾਂ 3 ਸਾਲ 'ਚ ਕੀ ਕੀਤਾ ਉਹ ਦੱਸਣ ਨੂੰ ਨਹੀਂ ਹੈ ਕਿ ਜੀ ਆਪਾਂ IELTS ਪ੍ਰਪੇਅਰ ਕਰ ਰਹੇ ਸੀ ਇਹ ਫੋਰਮ 'ਤੇ ਲਿਖਿਆ ਉਹ ਤੋਂ ਪਹਿਲੇ ਵੀ ਜਦੋਂ ਟੂਰਿਸਟ ਵੀਜ਼ਾ ਅਪਲਾਈ ਕੀਤਾ ਪਹਿਲੀ ਵਾਰੀ ਜਦੋਂ ਟੂਰਿਸਟ ਵੀਜ਼ਾ ਅਪਲਾਈ ਕੀਤਾ ਉਦੋਂ ਇਹ ਕਿਹਾ ਮੈਂ ਆਪਣੇ ਮਾਮੇ ਦੇ ਮੁੰਡੇ ਦੇ ਜਨਮ ਦਿਨ 'ਤੇ ਉੱਥੇ ਜਾਣਾ ਅੱਛਾ ਜਿਨ੍ਹਾਂ ਦਾ ਮੁੰਡਾ ਵੈ ਉਹ ਉੱਥੇ ਚਲੇ ਗਏ ਨਹੀਂ ਜੀ ਉਹ ਨਹੀਂ ਉੱਥੇ ਗਏ ਭੂਆ ਦੇ ਮੁੰਡੇ ਨੇ ਮਤਲਬ ਜਾਣਾ ਵੈ ਜੀ ਆਪਣੇ ਮਾਮੇ ਦੇ ਮੁੰਡੇ ਦੇ ਬਰਥਡੇ ਦੇ ਉੱਤੇ ਨਾ ਭੂਆ ਜੀ ਗਏ ਅਤੇ ਨਾ ਮਾਮਾ ਜੀ ਗਏ ਬਟ ਇਹ ਕਜ਼ਨ ਨੇ ਕਜ਼ਨ ਨੂੰ ਮਿਲਣ ਲਈ ਜਾਣਾ ਐਪਲੀਕੇਸ਼ਨ ਰਿਜੈਕਟ ਹੋ ਗਈ ਫਿਰ ਉਹਦੇ ਬਾਅਦ 'ਚ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਫਿਰ ਰਿਜੈਕਟ ਹੋ ਗਿਆ ਤੀਜੀ ਵਾਰੀ ਫਿਰ ਅਪਲਾਈ ਕੀਤਾ ਫਿਰ ਰਿਜੈਕਟ ਹੋ ਗਿਆ ਹੁਣ ਚੌਥੀ ਵਾਰੀ ਫਿਰ ਨਹੀਂ ਮੁੜਦੇ ਜੀ ਅਪਲਾਈ ਕਰਨਾ ਆਈ ਸੈਡ ਨੋ ਅਸੀਂ ਇਹ ਕੇਸ ਨੂੰ ਹੱਥ ਵੀ ਨਹੀਂ ਲਾਵਾਂਗੇ ਐਪਲੀਕੇਸ਼ਨ ਇੰਟੈਂਸ਼ਨ ਦੇ ਉੱਤੇ ਗੱਲ ਆ ਗਈ ਸੋ ਇੰਟੈਂਸ਼ਨ ਦੇ ਉੱਤੇ ਗੱਲ ਨਹੀਂ ਕਲੀਅਰ ਕਰ ਪਾਵਾਂਗੇ ਅਤੇ ਜਦੋਂ 2000 ਜਦੋਂ ਇਹਨਾਂ ਨੇ ਪਹਿਲੀ ਵਾਰੀ ਟੂਰਿਸਟ ਵੀਜ਼ਾ ਅਪਲਾਈ ਕੀਤਾ ਸੀ ਉਦੋਂ ਕਿਹਾ ਸੀ ਕਿ ਮੈਂ ਫਰੀ ਹਾਂ ਫਿਰ ਜਦੋਂ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਤਾਂ ਉਹਦੇ ਵਿੱਚ ਕਹਿ ਤਾ ਕਿ ਜੀ ਮੈਂ ਇੱਕ ਡਿਪਲੋਮਾ ਕਰ ਰਿਹਾ ਅਤੇ ਬਾਅਦ 'ਚ ਮੈਂ ਜੀ IELTS ਕਰ ਰਿਹਾ ਵਾਂ ਸੋ ਸ਼ੁਕਰ ਕਰੋ ਕਿ ਇਸ ਐਪਲੀਕੇਸ਼ਨ ਦੇ ਉੱਤੇ ਬੈਨ ਨਹੀਂ ਲੱਗਾ ਬਟ ਦੁਬਾਰਾ ਜਿਹੜਾ ਵਾ ਜੋ ਇਹਦਾ PT ਸਕੋਰ ਹੈ ਜੇਕਰ ਤੁਸੀਂ UK ਵਾਸਤੇ ਅਪਲਾਈ ਕਰ ਲਓ ਤਾਂ ਪ੍ਰੋਬੇਬਿਲਿਟੀ ਜ਼ਿਆਦਾ ਹੈ ਹੋਰ ਕੇਸ ਹੈ ਜੀ ਉਹ ਵੀ ਕੈਨੇਡਾ ਰਿਫਿਊਜ਼ ਕਰਾ ਕੇ ਆਏ ਜੀ ਆਪਣਾ ਜਨਵਰੀ 2021 ਦੇ ਵਿੱਚ BA ਕੀਤੀ ਹੋਈ ਹੈ BA ਤੋਂ ਬਾਅਦ ਜੀ BED ਕੀਤੀ ਹੋਈ ਹੈ BED ਤੋਂ ਬਾਅਦ ਜੀ ਇਹਨਾਂ ਨੇ ਅੱਗੇ ਕੋਰਸ ਲਿੱਤਾ ਜੀ ਪ੍ਰੋਜੈਕਟ ਮੈਨੇਜਮੈਂਟ ਦਾ ਪ੍ਰੋਜੈਕਟ ਮੈਨੇਜਮੈਂਟ ਵਾਸਤੇ ਅਪਲਾਈ ਕੀਤਾ IELTS 2 ਮੋਡਿਊਲ 'ਚੋਂ 5.5 ਬੈਂਡ ਦੇ ਨਾਲ ਅਪਲਾਈ ਕੀਤਾ ਕਹਿੰਦੇ ਜੀ ਸਾਨੂੰ ਇਹ ਕਿਹਾ ਗਿਆ ਸੀਗਾ ਤੁਸੀਂ ਮੌਂਟਰੀਅਲ ਦੇ ਵਿੱਚ ਅਪਲਾਈ ਕਰ ਲਓ ਤੁਹਾਡਾ ਵੀਜ਼ਾ ਆ ਜਾਏਗਾ ਬਟ ਆਇਆ ਨਹੀਂ ਅਤੇ ਹੁਣ ਅਸੀਂ ਦੁਬਾਰਾ ਕਰਨਾ ਚਾਹੁੰਦੇ ਹਾਂ ਮੇਰਾ ਸਵਾਲ ਇੱਥੇ ਇੱਦਾਂ ਦੀਆਂ ਪ੍ਰੋਫਾਈਲਸ ਨੂੰ ਹੈ ਕਿ ਤੁਸੀਂ ਕਹਿ ਰਹੇ ਹੋ ਤੁਸੀਂ BA ਕੀਤੀ ਹੈ BED ਕੀਤੀ ਹੈ BED ਦਾ ਮਤਲਬ ਹੈ ਬੈਚਲਰ ਆਫ ਐਜੂਕੇਸ਼ਨ ਮਤਲਬ ਤੁਹਾਡੀ ਇੰਟੈਂਸ਼ਨ ਹੈ ਨਿਆਣਿਆਂ ਨੂੰ ਪੜ੍ਹਾਉਣ ਦੀ ਠੀਕ ਹੈ ਤੁਸੀਂ ਐਜ਼ ਏ ਟੀਚਰ ਐਜ਼ ਏ ਲੈਕਚਰਾਰ ਐਜ਼ ਏ ਇੰਸਟਰਕਟਰ ਕਿਤੇ ਕੰਮ ਕਰ ਰਹੇ ਹੋ ਐਂਡ ਤੁਸੀਂ ਜੇਕਰ ਇੰਗਲਿਸ਼ ਦੇ ਵਿੱਚ ਤੁਹਾਡੇ ਆਪਣੇ 2 ਮੋਡਿਊਲ 'ਚ 5.5 ਬੈਂਡ ਹੈਗੇ ਆ ਤੁਸੀਂ ਲੋਕਾਂ ਦੇ ਨਿਆਣਿਆਂ ਨੂੰ ਕਿੱਦਾਂ ਦੀ ਐਜੂਕੇਸ਼ਨ ਦਿੰਦੇ ਹੋਵੋਗੇ ਤੁਹਾਡਾ ਕਮਾਂਡ ਲੈਂਗੁਏਜ 'ਤੇ ਕੀ ਆ ਹਾਂ ਅਨਲੈਸ ਹਿੰਦੀ ਪੰਜਾਬੀ ਦੇ ਲੈਕਚਰਾਰ ਉਹ ਤਾਂ ਵੱਖਰੀ ਗੱਲ ਹੈ ਬਟ ਜੇਕਰ ਤੁਸੀਂ ਕਿਸੇ ਇੰਗਲਿਸ਼ ਦੇ ਸਬਜੈਕਟ ਦੇ ਜਾਂ ਕੋਈ ਇੱਦਾਂ ਦੀ ਟੀਚਿੰਗ ਕਰਾ ਰਹੇ ਹੋ ਜਿਹਨੂੰ ਇੰਗਲਿਸ਼ 'ਚ ਡਿਲੀਵਰ ਕਰਨਾ ਪਏਗਾ ਅਤੇ ਤੁਸੀਂ ਇਹ ਦੇਖੋ ਤੁਸੀਂ ਕਿੱਦਾਂ ਦੀ ਐਜੂਕੇਸ਼ਨ ਸਾਡੀ ਜਨਰੇਸ਼ਨ ਜਾਂ ਸਾਡੀ ਯੂਥ ਨੂੰ ਦੇ ਰਹੇ ਹੋ ਐਂਡ ਆਉਣ ਵਾਲੇ ਟਾਈਮ ਫਿਰ ਅਸੀਂ ਬਲੇਮ ਕਰਦੇ ਹਾਂ ਸਾਡਾ ਸਿਸਟਮ ਹੀ ਮਾੜਾ ਸਿਸਟਮ ਤਾਂ ਅਸੀਂ ਆਪ ਲੋਕ ਹੀ ਬਣਾਉਂਦੇ ਹਾਂ ਨਾ ਸੋ ਜੇਕਰ ਤੁਸੀਂ ਕੈਨੇਡਾ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ 6 ਬੈਂਡ ਈਚ ਆਈ ਵੁੱਡ ਪ੍ਰੈਫਰ 6.5 ਓਵਰਆਲ ਨੋਟ ਲੈਸ ਦੈਨ 6 ਇਨ ਈਚ ਆਨ ਤਾਂ ਦੁਬਾਰਾ ਐਪਲੀਕੇਸ਼ਨ ਲੱਗ ਸਕਦੀ ਹੈ ਦੈਨ ਜੀ ਅਗਲਾ ਇੱਕ ਹੋਰ ਕੇਸ ਹੈ ਜੀ ਕੈਨੇਡਾ ਸਟੱਡੀ ਵੀਜ਼ਾ ਰਿਜੈਕਟ ਹੈ ਜੀ UK ਦਾ ਵੀ ਸਟੱਡੀ ਵੀਜ਼ਾ ਇੰਟਰਵਿਊ 'ਤੇ ਰਿਜੈਕਟ ਹੈ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਰਿਜੈਕਟ ਹੈ ਸੋ 3 ਕੰਟਰੀਆਂ ਤੋਂ ਐਪਲੀਕੇਸ਼ਨ ਰਿਜੈਕਟ ਹੋ ਕਰਕੇ ਆਈ ਹੈ IELTS ਦੇ ਵਿੱਚ 6 ਬੈਂਡ ਓਵਰਆਲ 1 ਮੋਡਿਊਲ 'ਚੋਂ 5.5 ਸੀਗਾ BCOM ਕੀਤੀ ਹੈ MCOM ਕੀਤੀ ਹੈ ਅਤੇ ਐਪਲੀਕੇਸ਼ਨ ਕੈਨੇਡਾ ਵਾਸਤੇ ਅਸੀਂ ਧੱਕਤੀ ਆਸਟ੍ਰੇਲੀਆ ਦਾ ਜਿਹੜਾ ਟੂਰਿਸਟ ਵੀਜ਼ਾ ਰਿਜੈਕਟ ਹੈ ਉਹ ਇਸ ਕਰਕੇ ਰਿਜੈਕਟ ਹੈ ਕਿਉਂਕਿ ਜੀ ਉੱਥੇ ਰਿਸ਼ਤੇਦਾਰਾਂ ਨੇ ਸਪੌਂਸਰ ਕੀਤਾ ਸੀ UK 'ਚ ਇਸ ਕਰਕੇ ਰਿਜੈਕਟ ਹੈ ਕਿਉਂਕਿ ਏਜੰਟ ਦੇ ਕਹੇ ਤੇ ਵਿਦਆਊਟ IELTS ਐਪਲੀਕੇਸ਼ਨ ਲਾਤੀ ਸੀ ਕੈਨੇਡਾ ਜੀ 1 ਮੋਡਿਊਲ 'ਚੋਂ 5.5 ਦੇ ਨਾਲ ਐਪਲੀਕੇਸ਼ਨ ਲਾਤੀ ਸੀ ਸੋ ਜਿਹੜੇ ਬੰਦੇ ਨੇ ਆਲਰੇਡੀ ਮਾਸਟਰ ਆਫ ਕਮਰਸ ਕੀਤੀ ਹੈ ਜੇ ਅਸੀਂ ਕੈਨੇਡਾ ਦੀ ਗੱਲ ਕਰ ਲਈਏ
ਉਹ ਇਹਨਾਂ 'ਤੇ ਐਕਸਪੈਕਟ ਕਰਦੇ ਹੈ ਕਿ ਵੀ ਮਾਸਟਰਸ ਕੀਤਾ ਹੋਇਆ ਬੰਦਾ 12ਵੀਂ ਦੇ ਕੰਪੈਰੇਟਿਵਲੀ ਸਟੂਡੈਂਟ ਦੇ ਕਾਫੀ ਮੈਚਿਓਰ ਹੁੰਦਾ ਐਂਡ ਐਕਸਪੈਕਟ ਕਰਦੇ ਹੈ ਕਿ ਆਲ 6.ਈਚ ਦੇ ਨਾਲ ਫਾਈਲ ਲਗਾਈ ਗਈ ਹੋਵੇ। ਅਗਲਾ ਇੱਕ ਹੋਰ ਕੇਸ ਹੈ ਜੀ, 12ਵੀਂ ਕੀਤੀ ਹੈ ਜੀ 2017 ਦੇ ਵਿੱਚ, ਕੈਨੇਡਾ ਤੋਂ ਐਪਲੀਕੇਸ਼ਨ ਰਿਜੈਕਟ ਹੈ। ਬੜਾ ਇੰਟਰਸਟਿੰਗ ਕੇਸ ਹੈ। ਮੋਂਟਰੀਆਲ 'ਚ ਐਪਲੀਕੇਸ਼ਨ ਲਾਈ ਹੈ, ਇੱਕ ਮੋਡਿਊਲ 'ਚੋਂ 4 ਬੈਂਡ ਹੈ, ਇੱਕ ਮੋਡਿਊਲ 'ਚੋਂ 5 ਬੈਂਡ ਹੈ, ਓਵਰਆਲ 5.5 ਬੈਂਡ ਹੈ। ਕਹਿੰਦੇ ਜੀ ਲਿਸਨਿੰਗ 'ਚੋਂ ਤਾਂ ਮੇਰੇ 6.5 ਹੈਗੇ ਸੀ, ਮੇਰੇ ਇੰਗਲਿਸ਼ 'ਚੋਂ 80 ਨੰਬਰ ਹੈਗੇ ਸੀ। ਮੈਨੂੰ ਏਜੰਟ ਕਹਿੰਦਾ ਕਿ ਵੀ ਤੂੰ ਇੰਗਲਿਸ਼ 'ਚੋਂ 80 ਨੰਬਰ ਹੈਗੇ ਆ, 80% ਕਰਕੇ ਤੇਰਾ ਵੀਜ਼ਾ ਅਫਸਰ ਨੇ ਚੱਕ ਲੈਣਾ ਵੈ, ਚਿੰਤਾ ਨਾ ਕਰ, ਅਪਲਾਈ ਕਰ। 25,000 ਰੁਪਇਆ ਅੰਦਰ ਕੀਤਾ ਅਤੇ ਅਪਲਾਈ ਕਰਤਾ। ਅਤੇ 12ਵੀਂ ਜਿਹੜੀ 2017 'ਚ ਕੀਤੀ ਆਰਟਸ ਦੇ ਵਿੱਚ, ਇਹਨੇ ਇਸ ਬੱਚੇ ਨੂੰ ਕੋਰਸ ਦੇ ਦਿੱਤਾ ਪ੍ਰੋਜੈਕਟ ਮੈਨੇਜਮੈਂਟ। ਚਲੋ ਕੋਰਸ ਤਾਂ ਤੁਸੀਂ ਕੋਈ ਵੀ ਦੇ ਦਿਓ, ਭਾਵੇਂ ਡਾਕਟਰ ਬਣਨ ਦਾ ਕੋਰਸ ਦੇ ਦਿਓ, ਤਦ ਵੀ ਐਪਲੀਕੇਸ਼ਨ ਰਿਜੈਕਟ ਹੀ ਹੋਣੀ ਸੀ। ਸੋ ਇਸ ਤਰੀਕੇ ਦੀਆਂ ਮੈਂ ਇਹਨਾਂ ਨੂੰ ਇੱਕ ਗੱਲ ਕਹੀ, ਮੈਂ ਕਿਹਾ ਯਾਰ ਗੁੱਸਾ ਨਾ ਕਰਿਓ, ਬਟ ਉਹ ਕਹਿੰਦੇ ਨਾ ਕਿ ਵੀ ਕਣਕ ਨਾ ਘੁਣ ਵੀ ਪਿਸਿਆ ਜਾਂਦਾ। ਸੋ ਉਹਦੇ ਨਾਲ ਇਹੀ ਚੀਜ਼ ਹੈ ਕਿ 4 ਬੈਂਡ, 5 ਬੈਂਡ, 5.5 ਬੈਂਡ, 40% ਨੰਬਰ, 45% ਨੰਬਰ, ਜਦੋਂ ਅਸੀਂ ਇਸ ਤਰੀਕੇ ਨਾਲ ਅਸੀਂ ਐਪਲੀਕੇਸ਼ਨ ਲਾਵਾਂਗੇ ਤਾਂ ਉੱਥੇ ਇਹ ਕਿਹਾ ਜਾਂਦਾ ਕਿ ਵੀ ਪੰਜਾਬ ਤੋਂ ਐਪਲੀਕੇਸ਼ਨ ਇੱਦਾਂ ਦੀ ਆਉਂਦੀ ਪਈ ਹੈ। ਫਿਰ ਉਹ ਫਿਲਟਰ ਹੀ ਲੱਗਦੇ ਆ ਕਿ 1 'ਚੋਂ 5.5 ਹੈ, 5.5 ਜਿੱਥੇ ਵੀ ਆ ਰਿਹਾ ਉਹਨੂੰ ਰਿਜੈਕਟ ਕਰ ਦਿਓ। ਸੋ ਇਸ ਕਰਕੇ ਜਿਹੜਾ ਵਾ ਕਿ ਚੰਗੀਆਂ ਐਪਲੀਕੇਸ਼ਨ, ਜਿਹੜੇ ਡਿਜ਼ਰਵਿੰਗ ਕੈਂਡੀਡੇਟ ਹੈਗੇ ਆ, ਇੱਦਾਂ ਦੀਆਂ ਪ੍ਰੋਫਾਈਲਾਂ ਭੇਜਣ ਦੇ ਨਾਲ ਜਦੋਂ ਰਸ਼ ਇਕੱਠਾ ਆ ਜਾਂਦਾ ਵਾ, ਉਹ ਰਸ਼ ਨੂੰ ਕਹਿ ਲਓ ਕਿ ਵੀ ਕਲੀਨ ਕਰਨ ਵਾਸਤੇ, ਕਲੀਅਰ ਕਰਨ ਵਾਸਤੇ ਇੱਦਾਂ ਦੇ ਡਿਸੀਜਨਸ ਲਿੱਤੇ ਜਾ ਰਹੇ ਆ। ਕਿਤੇ ਸਾਡੇ ਕੋਲ ਲਿਖਤ 'ਚ ਨਹੀਂ ਇੱਦਾਂ ਦੇ ਡਿਸੀਜਨ ਹੈ, ਬਟ ਹਾਂ ਜਿਸ ਤਰੀਕੇ ਦੇ ਨਾਲ ਮਾਰਕੀਟ 'ਚ ਅੱਜ ਰਿਜ਼ਲਟ ਆ ਰਿਹਾ, ਇਹ ਉਹਨਾਂ ਦਾ ਰਿਜ਼ਲਟ ਹੈ। ਇੱਦਾਂ ਦਾ ਟਾਈਮ ਕੋਈ ਪਹਿਲੀ ਵਾਰੀ ਨਹੀਂ ਆਇਆ, ਬੜੀ ਵਾਰੀ ਦੇਖਿਆ। ਜਦੋਂ ਇੱਕ ਚੀਜ਼ ਦਾ ਰੌਲਾ ਜਾਂ ਅਸੀਂ ਅਬਿਊਜ਼ ਕਰਨਾ ਸ਼ੁਰੂ ਕਰ ਦਈਏ ਤਾਂ ਇੱਦਾਂ ਦੇ ਰਿਜ਼ਲਟ ਆਉਣੇ ਜਾਇਜ਼ ਹੈ। ਸੋ ਇਹਦੇ ਲਈ ਕਿਸੇ ਨੂੰ ਨਹੀਂ, ਤੁਹਾਨੂੰ ਸਿਆਣਾ ਬਣਨਾ ਪਏਗਾ। ਜਦੋਂ ਅਸੀਂ ਚੀਕਾਂ ਮਾਰ ਕੇ ਕਹਿ ਰਹੇ ਹਾਂ ਭਈ ਤੁਹਾਡੇ 60% ਨੰਬਰ ਹੋਣ, ਆਇਲ 6 ਬੈਂਡ ਈਚ ਹੋਣ, ਤਦ ਅਪਲਾਈ ਕਰੋ ਕੈਨੇਡਾ ਨੂੰ, ਨਹੀਂ ਤਾਂ ਕੰਟਰੀ ਚੇਂਜ ਕਰ ਲਓ। ਤੁਹਾਨੂੰ ਇੱਦਾਂ ਕਿਉਂ ਲੱਗਦਾ ਕਿ ਭਈ ਕਿਸੇ ਕੰਸਲਟੈਂਟ ਦੀ ਵੀਜ਼ਾ ਅਫਸਰ ਦੇ ਨਾਲ ਸੈਟਿੰਗ ਹੈ ਕਿ ਉਹ ਤੁਹਾਡਾ 4 ਬੈਂਡ 'ਚ ਕਿੱਦਾਂ ਵੀਜ਼ਾ ਲਵਾ ਦੂਗਾ? ਤੁਸੀਂ ਕੋ ਕਹਿੰਦੇ ਹੋ ਕਿਸੇ ਦੀ ਫੇਸਬੁੱਕ 'ਤੇ ਪੋਸਟ ਵੇਖਦੇ ਆਉਂ ਕਰਕੇ ਵੀਜ਼ਾ ਰੱਖਾਂਦਾ, ਉਹ ਕੰਗਰੈਚੁਲੇਸ਼ਨ ਟੂ ਫਲਾਣਾ ਸਿੰਘ, ਗੋਟ ਵੀਜ਼ਾ ਇਨ 5.52 ਮੋਡਿਊਲ। ਮੇਰੇ ਕੋਲ ਇੱਕ ਸਟੂਡੈਂਟ ਦਾ ਫੋਨ ਆਇਆ ਨਾਲ, ਉਹਨੇ ਕਿਸੇ ਏਜੰਟ ਦੀ, ਕਹਿੰਦਾ ਭਾਜੀ ਆ ਦੇਖੋ ਇਹਨਾਂ ਦੀ 2 'ਚੋਂ 5.5 ਆ। ਮੈਂ ਕਿਹਾ ਅਕਲ ਦੇ ਅੰਨੇ, ਇਹ ਉਹਤੇ ਵੀਜ਼ੇ 'ਤੇ ਲਿਖਿਆ ਕਿ 2 'ਚੋਂ 5.5 ਹੈ? ਕਹਿੰਦਾ ਨਹੀਂ ਜੀ, ਥੱਲੇ ਕੈਪਸ਼ਨ 'ਤੇ ਲਿਖਿਆ। ਮੈਂ ਕਿਹਾ ਕੈਪਸ਼ਨ 'ਤੇ ਤਾਂ ਭਾਵੇਂ ਤੂੰ 4 ਬੈਂਡ ਲਿਖ ਦੇ, ਕੈਪਸ਼ਨ 'ਤੇ ਭਾਵੇਂ ਵਿਦਾਊਟ ਆਇਲਸ ਲਿਖ ਦੇ, ਤੂੰ ਇਹ ਬੰਦੇ ਦੇ ਘਰੇ ਗਿਆ, ਤੂੰ ਇਹ ਬੰਦੇ ਦੀ ਪ੍ਰੋਫਾਈਲ ਦੇਖੀ, ਯਾਰ ਨਾ ਆਪ ਗੱਲ ਕੀਤੀ, 1-to-1 ਜਾਣਦਾ ਇਸ ਬੰਦੇ ਨੂੰ? ਹਾਂਜੀ ਹਾਂਜੀ ਭਾਜੀ, ਗੱਲ ਤੁਹਾਡੀ ਬਿਲਕੁਲ ਠੀਕ ਆ। ਅਸੀਂ ਤਾਂ ਬੇਵਕੂਫ ਬਣਨ ਲੱਗੇ। ਮੈਂ ਕਿਹਾ ਬੇਵਕੂਫ ਤੇ ਮੱਥੇ 'ਤੇ ਲਿਖਿਆ ਹੋਇਆ, ਕਿਉਂ ਨਾ ਤੁਹਾਨੂੰ ਕੋਈ ਬੇਵਕੂਫ ਬਣਾਵੇ? ਐਂਡ ਜਦੋਂ ਇੱਕ ਚੀਜ਼ ਹੈ, ਇੱਕ ਪ੍ਰੋਟੋਕੋਲ ਬਣਿਆ ਆ, ਆਪਾਂ ਉਹ ਪ੍ਰੋਟੋਕੋਲ ਨੂੰ ਤੋੜਨ ਦੀ ਕਿਉਂ ਗੱਲ ਕਰਦੇ ਹਾਂ? ਹਰ ਇੱਕ ਚੀਜ਼ ਦਾ ਵਾਰ ਵਾਰ ਕਹਿ ਰਿਹਾ, ਇੱਕ ਚੀਜ਼ ਦਾ ਸਮਾਂ ਹੁੰਦਾ, ਇੱਕ ਟ੍ਰੈਂਡ ਹੁੰਦਾ। ਮੈਂ ਉਹ ਬੰਦਾ ਸੀ ਕਿ ਵੀ ਜਿਹਨੇ ਆਪ ਇਹ ਚੀਕਾਂ ਮਾਰ ਕੇ ਗਿਆ ਸੀ ਕਿ 1 ਜਨਵਰੀ 2019 ਤੋਂ ਲੈ ਕੇ ਮਈ 2019 ਤੱਕ ਇੱਕ ਵੀ ਵੀਜ਼ਾ ISS ਗਲੋਬਲ ਦਾ ਰਿਜੈਕਟ ਨਹੀਂ ਆਇਆ, ਇੱਕ ਮੋਡਿਊਲ ਜਿਹਨਾਂ ਨੇ 5.5 ਅਪਲਾਈ ਕੀਤਾ ਸੀ। ਨਵੰਬਰ ਤੱਕ, ਨਵੰਬਰ 2019 ਪਹੁੰਚਦੇ 95% ਸਕਸੈਸ ਰੇਟ ਰਹਿ ਗਿਆ ਸੀ 100 ਤੋਂ, ਕਿ ਵੀ 5% ਰਿਫਿਊਜ਼ਲ ਆਉਣੀ ਸ਼ੁਰੂ ਹੋ ਗਈ ਸੀ। 2020 ਦੇ ਵਿੱਚ ਇਹ 20-25% ਹੋ ਗਈ। ਅੱਜ ਦੀ ਡੇਟ 'ਚ ਪੂਰੀ ਇੰਡਸਟਰੀ ਦੀ ਗੱਲ ਕਰਦੀ ਹੈ, 10% ਤੋਂ ਜ਼ਿਆਦਾ ਦਾ ਰਿਜ਼ਲਟ ਨਹੀਂ ਹੈ। 10 ਵੀ ਮੈਂ ਮੇਰਾ ਖਿਆਲ ਜ਼ਿਆਦਾ ਕਹਿ ਰਿਹਾ। ਹਰ ਸਮਾਂ ਚੇਂਜ ਹੁੰਦਾ ਹੈ, ਵਕਤ ਹੁੰਦਾ ਹੈ, ਟ੍ਰੈਂਡ ਹੁੰਦਾ ਵੈ, ਇੱਕ ਮੌਕਾ, ਇੱਕ ਅਪੋਰਚੁਨਿਟੀ ਹੁੰਦੀ ਹੈ। ਐਂਡ ਸਦਾ ਸਾਰੀ ਜ਼ਿੰਦਗੀ ਉਹ ਅਪੋਰਚੁਨਿਟੀ ਨਹੀਂ ਰਹਿੰਦੀ, ਔਰ ਸਦਾ ਸਾਰੀ ਜ਼ਿੰਦਗੀ ਪ੍ਰੋਬਲਮ ਵੀ ਨਹੀਂ ਰਹਿੰਦੀ। ਐਂਡ ਅਪੋਰਚੁਨਿਟੀ ਕਦੇ ਕਦੇ ਆਉਂਦੀ ਹੈ, ਉਹ ਅਪੋਰਚੁਨਿਟੀ ਸੀ, ਬਹੁਤ ਲੋਕਾਂ ਨੇ ਇਨਕੈਸ਼ ਕਰ ਲਈ। ਪਲੀਜ਼ ਉਸ ਚੀਜ਼ਾਂ ਵਾਲੇ ਬੰਨੇ ਨਾ ਲੱਗੋ। ਮੇਰਾ ਫਲਾਣਾ ਕਜ਼ਨ ਗਿਆ ਸੀ ਐਂਡ ਉਹਨੇ ਇਨ 2 ਮੋਡਿਊਲ 5.5 ਲੱਗਾ, ਅਤੇ ਮੇਰਾ ਕਿਉਂ ਨਹੀਂ ਲੱਗੇਗਾ? ਉਹ ਜਿਸ ਟਾਈਮ 'ਤੇ ਸਮਾਂ ਸੀ ਉਦੋਂ ਮੇਰਾ ਖਿਆਲ ਆਟੇ ਤੇਲ ਦਾ ਭਾਅ ਹੋਰ ਸੀਗਾ, ਅੱਜ ਆਟੇ ਤੇਲ ਦਾ ਭਾਅ ਹੋਰ ਹੋਊਗਾ। ਜਿਸ ਕੰਟਰੀ 'ਚ ਰਹਿ ਰਹੇ ਹਾਂ, ਜੇਕਰ ਚੀਜ਼ਾਂ ਇੰਨੀ ਤੇਜ਼ੀ ਨਾਲ ਬਦਲ ਰਹੀਆਂ ਤਾਂ ਰੈਗੂਲੇਸ਼ਨ ਕਿਉਂ ਨਹੀਂ ਬਦਲਣਗੀਆਂ? ਜਿਵੇਂ ਜਿਵੇਂ ਐਪਲੀਕੇਸ਼ਨ ਦਾ ਟ੍ਰੈਂਡ ਇੱਧਰੋਂ ਡਿਮਾਂਡ ਵੱਲੋਂ ਜਾਂ ਸਪਲਾਈ ਵੱਲੋਂ ਬਿਹੇਵ ਜਿਸ ਤਰੀਕੇ ਨਾਲ ਦੇਖਣ ਨੂੰ ਮਿਲਦਾ, ਉਸੇ ਤਰੀਕੇ ਦੇ ਨਾਲ ਰੈਗੂਲੇਸ਼ਨਸ ਵੀ ਚੇਂਜ ਹੁੰਦੀਆਂ। ਸੋ ਪਲੀਜ਼, ਜੇਕਰ ਕੈਨੇਡਾ ਅਪਲਾਈ ਕਰਨਾ ਹੈ 6E 'ਚ ਨਾ, ਅੱਜ ਤਕਰੀਬਨ 4-5 ਜੁਲਾਈ 2021 ਨੂੰ ਗੱਲ ਕਰ ਰਿਹਾ ਕਿ 2021 ਪੂਰਾ ਸਾਲ 2022 ਜਨਵਰੀ ਇਨਟੇਕ 6 ਬੈਂਡ E 'ਚ ਦੇ ਨਾਲ ਅਪਲਾਈ ਕਰੋ, ਰਿਜ਼ਲਟ ਵਧੀਆ ਮਿਲੇਗਾ। ਥੈਂਕ ਯੂ ਵੈਰੀ ਮੱਚ।